ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨੂੰ ਅਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਮਹਾਰਾਜ ਚਲੋ ਵਧੀਆ ਕਿਰਪਾ ਚਾਹੀਦੀ ਆ ਜੀ ਕਿੰਨੀਆਂ ਫਿਰ 5 ਅੱਜ 5 ਆ ਵੀਰ ਜੀ ਠੀਕ ਹੈ ਤੇ ਤੁਹਾਨੂੰ ਧੰਦਵਾਹ ਪੈ ਗਈ ਫਿਰ ਧੰਦ ਫਿਰ ਤੁਹਾਨੂੰ ਪਤਾ ਹੁਣ ਧੰਦਾਂ ਦਾ ਟਾਈਮ ਜੀ ਦਸੰਬਰ ਮਹੀਨਾ ਹੀ ਧੰਦਾਂ ਦਾ ਠੀਕ ਹੈ ਚਲੋ ਨਾਮ ਦੱਸ ਦੇ ਕਰੀ ਆਪਣਾ ਨਾਮ ਪ੍ਰੇਮ ਸਿੰਘ ਹਾਂਜੀ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 9501296185 ਠੀਕ ਹੈ ਤੁਹਾਨੂੰ ਧੰਦ ਉਤਰਾ ਪੂਰੀ ਪਈ ਤੇ ਪਰ ਗਾਵਾਂ ਤਾਂ ਫੇਰ ਪੂਰੀਆਂ ਲਿਸ਼ਕਾਤੀਆਂ ਜੀ ਹਾਂਜੀ ਹਾਂਜੀ ਠੀਕ ਹੈ ਚਲੋ ਸ਼ੁਰੂਆਤ ਫਿਰ ਆ ਜਿਹੜੀ ਆ ਪਹਿਲੇ ਨੰਬਰ ਤੇ ਇੱਥੋਂ ਹੀ ਕਰਨੀ ਆ ਤੇ ਇਹਨੇ ਵੀਰ ਜੀ ਕਿੰਨਵਾ ਸੁਭਾ ਸੋਨਾ ਜੀ ਇਹ ਵੀਰ ਜੀ ਦੂਜਾ ਸੁਭਾ ਯਾਰ ਕੀ ਬਸ਼ੀ ਅੱਛਾ ਪਿਛਲੇ ਸੁਵੇ ਨੇ 22 ਕਿਲੋ ਦੇ ਜੀ ਦੁੱਧ ਚਵਾਇਆ ਜੀ ਬਸ਼ੀ ਨੇ ਅੱਛਾ 22 ਕਿਲੋ ਕਾਦੇ ਤਾਂ ਕਾਫੀ ਉੱਚਾ ਨਾ ਹਾਂ ਜੀ ਵੀਰ ਜੀ ਇਹਦੇ 18 ਤਰੀਕ ਨੂੰ ਦਿਨ ਪੂਰੇ ਹੋਣੇ ਬਸ਼ੀ ਅੱਛਾ 18 ਤਰੀਕ ਨੂੰ ਹਜੇ ਵੇਖ ਲਓ ਬਸ਼ੀ ਪੂਰੀ ਬਣੂਗੀ ਆ ਵੇਖੋ ਠੀਕ ਹੈ ਜੀ ਲਾਜ ਬੜੀਆਂ ਹਾਂਜੀ ਬਸ਼ੀ ਬਾਕੀ ਕੱਦ ਘਾਟ ਬਹੁਤ ਹੈ ਬਸ਼ੀ ਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਐਰਕੇ ਕਿੰਨਾ ਦੁੱਧ ਚਵਾਈ ਜਾਊਗੀ ਵੀਰ ਜੀ ਐਰਕੀ ਆਂਦੇ 25 ਕਿਲੋ ਦੁੱਧ 25 ਕਿਲੋ ਦੇ ਲਾਗੇ ਚਾ ਕੇ ਚਵਾਊਗੀ ਠੀਕ ਹੈ ਹਾਂਜੀ ਬਾਕੀ ਇਹ ਵੈਡ ਬਰੀਡ ਬਹੁਤ ਆ ਫੇਸ ਕੱਦ ਘਾਟ ਤੇ ਚਲੋ ਚੰਗਾ ਪਰ ਐਰਕੀ ਨਾਲ ਸੰਭੀ ਥੋੜੀ ਜੀ ਘੱਟ ਆ ਉਹਨਾਂ ਨੇ ਹਾਂਜੀ ਹਾਂਜੀ ਲਿਆ ਖੋਲੋ ਫਿਰ ਤੋੜ ਦੀ ਜਿੰਨਾ ਚਿਰ ਨੂੰ ਸੋਣਾ ਉਹਨਾਂ ਚਿਰ ਨੂੰ ਅੱਧ ਵਰੀਤੀ ਸੰਭੀ ਜਾਣੀ ਹੈ ਠੀਕ ਹੈ ਅਜੇ ਦਿਨ ਖੜਦੀ ਆ 10-15 ਨਾ ਹਾਂਜੀ ਬਾਕੀ ਕੱਦ ਘਾਟ ਤੇ ਜਿਹੜੀ ਕਾਫੀ ਉੱਚੀ ਆ ਲੈ ਜਿਓ ਜੀ ਬਾਕੀ ਠੰਡੀ ਧੀਰੀ ਵੀਰ ਜੀ ਉਸ ਤਰ੍ਹਾਂ ਠੰਡੀ ਧੀਰੀ ਆ ਬਾਕੀ ਧੁੰਦ ਅੱਜ ਕਾਫੀ ਪੈ ਗਈ ਇੱਥੇ ਫਿਰ ਬਾਕੀ ਵੀਰ ਜੀ ਬਰੀਡ ਬਰੂਡ ਬਹੁਤ ਆ ਵੈੜ ਬਾਕੀ ਸਾਰਾ ਹੀ ਚੱਡਾ ਵਿੱਚ ਹੀ ਬੈਗ ਲੱਗਾ ਵਛੀ ਠੀਕ ਹੈ ਜੀ ਅਜੇ ਭਰਨਾ ਵਾ ਇਹਨੇ ਚੰਗੀ ਤਰ੍ਹਾਂ ਅਜੇ ਵਛੀ 2 ਦਿਨ ਹੋ ਗਏ ਭਾਜੀ ਲੱਥੀ ਨੂੰ 2 ਜਾਂ 3 ਦਿਨ ਬਹੁਤ ਅੱਛਾ ਹਾਂਜੀ ਠੀਕ ਹੈ ਜਿੱਦਾਂ ਦੀ ਵਛੀ ਡੇ ਆ ਨਾ ਵੇਖਣ ਲੈਣ ਡੇ ਆ ਅੱਛਾ ਇਹ 2-3 ਦਿਨਾਂ ਚ ਵਛੀ ਇੰਨੀ ਆਈ ਹੈ ਠੀਕ ਹੈ ਜੀ ਤਿੰਨ ਅੱਜ ਤੀਜੇ ਦਿਨ ਚ ਠੀਕ ਹੈ ਜੀ ਤੇ ਅੱਗੋਂ ਤੁਸੀਂ ਵੇਖ ਲਓ ਜੇ 3 ਦਿਨਾਂ ਚ ਇੰਨੀ ਆ ਗਈ ਆ ਤੇ ਜਦੋਂ ਆਪਣੇ ਆਤਾ ਦੇ ਆ ਗਈ ਤੇ ਕਿੰਨੀ ਵਛੀ ਬਣੂ ਠੀਕ ਹੈ ਤੇ ਇਹਦਾ ਮੁੱਲ ਮੁੱਲ ਤੇ ਜਿੰਨੀ ਵਿੱਚ ਜੀ ਬਰੀਡ ਆ ਵਛੀ ਹਾਂਜੀ ਮੁੱਲ ਤੇ ₹65,000 ਕਰਾਈ ਜਾਂਦੀ ਹੈ ਅੱਛਾ ਹਾਂਜੀ ਕਿੰਨੇ ਦੀ ਦੇ ਦੋਗੇ ਮੁੱਲ ਕਰਨ ਨੂੰ ਤੇ ਭਾਵੇਂ 65-55 ਵੀ ਕਰੀ ਜਾਈਏ ਅੱਛਾ ਜਿਹੜੀ ਦੇਣੀ 47,000 ਦੀ ਦੇ ਦਾਂਗੇ 47,000 ਦੀ ਦੇ ਦੋਗੇ 47,000 ਚੋਂ 1000 ਰੁਪਏ ਛੱਡਦਾ 46,000 ਦੀ ਚਲੋ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਮੌਕੇ ਦੇ ਵਿੱਚ ਹੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਗੱਬਨ ਚ ਹਾਂਜੀ ਇਹ ਵੀ ਗੱਬਣੇ ਵਿੱਚ ਹੀ ਪਹਿਲਣ ਵਸੀ ਆ ਅੱਛਾ ਇਹਨੇ ਪਹਿਲਾ ਸੁਵਾਈ ਸੁਣਾ ਹਾਂਜੀ ਵੀਰ ਜੀ ਠੰਡੀ ਧੀਰੀ ਹੈ ਵੀ ਥਾਂ ਹੁਣ ਵੇਖੋ ਹਾਂ ਵੇਖੋ ਠੀਕ ਹੈ ਹਾਂਜੀ ਥਾਂ ਜਿਹੜਾ ਚੰਗਾ ਤਿਆਰ ਕਰੂਗੀ ਹਲੇ ਚੰਗਾ ਹਾਂਜੀ ਅਜੇ ਟਾਈਮ ਵਸੀ ਨੇ ਪੂਰਾ ਲੈ ਜਾਣਾ ਬਾਕੀ ਇਹਦਾ ਵੀ ਸਾਰਾ ਹੀ ਚੱਡਾ ਵਿੱਚ ਜੀ ਬੈਗ ਲੱਗਾ ਵਸੀ ਦਾ ਅੱਛਾ ਫਿਰ ਢਿੱਲਾ ਢੁੱਲਾ ਬਹੁਤ ਆ ਠੀਕ ਹੈ ਅਜੇ ਤਿਆਰ ਦਾ ਹੀ ਆ ਕਰਨਾ ਇਹ ਕਿੰਨਾ ਟਾਈਮ ਲੈ ਜਾਊਗੀ ਵੀਰ ਜੀ ਇਹਦੇ ਹੁਣੇ ਜੇ 15 ਤਰੀਕ ਨੂੰ ਦਿਨ ਪੂਰੇ 15 ਨੂੰ ਦਿਨ ਪੂਰੇ ਹੋਣੇ ਆ ਹਾਂਜੀ ਹਾਂਜੀ ਬਾਕੀ ਉੱਤੇ ਲੈ ਜੇ 2-3 ਦਿਨ ਮੈਂ ਕਹਿ ਨਹੀਂ ਸਕਦਾ ਇਹ ਕਿੰਨਾ ਦੁੱਧ ਚਵਾਈ ਜਾਊਗੀ ਇਹ ਵੀਰ ਜੀ ਚਵਾਈ ਜਾਊਗੀ ਕੋਈ 18-19 ਕਿਲੋ ਰਮਾਨ ਦੇ ਨਾਲ ਚਵਾਊਗੀ ਦੁੱਧ ਜਿੰਨੀ ਵਸੀ ਬਰੀਡ ਚ ਆ ਲਿਆ ਖੋਲੋ ਫਿਰ ਤੋੜ ਦਈਏ ਤੇ ਇਹਦਾ ਵਿੱਚ ਕੀ ਰੱਖਣਾ ਫਿਰ ਮੁੱਲ ਆਪਾਂ ਮੁੱਲ ਦੇ ਵਿੱਚ ਜਿੰਨੀ ਵਸ਼ੀ ਬਰੀਡ ਚ ਆ ਜਿੰਨਾ ਜਿੰਨਾ ਵਸ਼ੀ ਦਾ ਹੈਗਾ ਸੋਹਣ ਪੁਣਾ ਹਾਂਜੀ ਹਾਂਜੀ ਵਸ਼ੀ ਦੇ ਮੁੱਲ ਕਰਾਉਣ ਨੂੰ 50,000 ਵੀ ਕਰਾਈ ਜਾਂਦੀ ਤੇ 45 ਵੀ ਕਰਾਈ ਜਾਂਦੀ ਅੱਛਾ ਅਸੀਂ ਮੁੱਲ ਕਰਦੇ ਆ 45,000 ਜਿਹੜੀ ਦੇਣੀ 37,000 ਦੀ ਦੇ ਦਾਂਗੇ 37,000 ਦੀ 40 ਤਾਂ ਵੀ ਅੰਦਰ ਹਾਂਜੀ ਹਾਂਜੀ ਠੀਕ ਹੈ
ਤੇ ਮੌਕੇ ਤੇ ਹੋਰ ਛੋਟ ਛਾਟ ਕਰ ਦਿਓ ਮੌਕੇ ਤੇ ਕੋਈ ਨਹੀਂ ਕਰ ਦਾਂਗੇ ਮਾਨਤਾ ਠੀਕ ਹੈ ਹਾਂਜੀ ਤੇ ਜਰਸੀ ਵੀ ਲੈਂਦੀ ਆ ਜੇ ਇੱਕ ਫੇਰ ਜਰਸੀ ਪਿਓਰ ਜਰਸੀ ਲੈਂਦੀ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਜੀ ਜਿੰਨੀਆਂ ਪਿੱਛੇ ਵਸੀਆਂ ਜਰਸੀਆਂ ਵੇਚੀਆਂ ਨਾ ਆਪਾਂ ਹਾਂਜੀ ਸਾਰੀਆਂ ਦੇ ਥਾਨ ਥੋੜਾ ਜਿਹਾ ਛੋਟਾ ਤੁਹਾਨੂੰ ਪਤਾ ਜਰਸੀ ਦਾ ਹੁੰਦਾ ਹਾਂਜੀ ਆ ਵੇਖੋ ਥਾਨ ਵੇਖੋ ਲੱਗਾ ਜਰਸੀ ਨੂੰ ਠੰਡੀ ਧੀਰੀ ਆ ਫਿਰ ਵੀ ਜੀ ਪੂਰਾ ਕਮਾਲ ਵੱਡੀ ਜਰਸੀ ਆ ਪੰਜਾਬ ਵਾਲੀ ਠੀਕ ਹੈ ਹਾਂਜੀ ਹਾਂਜੀ ਤੇ ਥਾਨ ਵੇਖੋ ਕਿੱਡਾ ਲਾਜਵਾਬ ਲੱਗਾ ਵੈਣ ਨੂੰ ਤੇ ਇਹ ਕਿੰਨਾ ਦੋ ਚਵਾਈ ਜਾ ਨਾ ਟੋਲਾ ਵੀ ਜੀ ਬਹੁਤ ਆ ਇਹਦੇ ਵੀ 15 ਤਰੀਕ ਨੂੰ ਘਰ ਵਾਲਿਆਂ ਦੱਸਿਆ ਵੀ ਦੇਣ ਪੂਰੇ ਹੁੰਦੇ ਆ ਅੱਛਾ ਹਾਂਜੀ ਤੇ ਦੁੱਧ ਕਿੰਨਾ ਚਵਾਈ ਜਾਊ ਇਹ ਦੁੱਧ ਵੀ ਜੀ ਉਹਦੇ 14 ਕਿਲੋ ਪਿਛਲੀ ਅੱਜ ਹੋਇਆ ਜੀ ਅੱਛਾ ਐਰ ਕੀ 15 16 ਰਮਾਨ ਨਾਲ ਚਵਾਈ ਜਾਊਗੀ ਠੀਕ ਹੈ ਜੇ ਕੋ ਵੀਰ ਭਰਾ ਵੱਧ ਸੇਵਾ ਕਰੂਗਾ ਫਿਰ ਵੱਧ ਵੀ ਚਵਾ ਸਕਦੇ ਲਿਆ ਖੋਲੀਏ ਫਿਰ ਤੋਰੀ ਜਾਂਦਾ ਇਹ ਵੀ ਜੇ 10 ਦਿਨ ਦੇ ਕਰੀਬ ਜਿਹੜਾ ਟਾਈਮ ਖੜਦੀ ਆ ਬਾਕੀ ਵੀਰ ਜੀ ਫੇਸ ਕੁਆਲਟੀ ਵੇਖੋ ਕਿੰਜੀ ਠੁਕਵੀਂ ਆ ਹਾਂਜੀ ਆ ਦੇ ਸਨ ਠੀਕ ਹੈ ਚਿਹਰਾ ਜਿਹੜਾ ਕਾਫੀ ਸੋਹਣਾ ਵਾ ਇਹਦਾ ਵੀ ਚਲੋ ਜੀ ਤੋਰ ਦੋ ਵੀਰ ਜੀ ਇੱਕ ਵਾਰੀ ਬਾਕੀ ਦੇ ਨਾ ਜੇ 10 ਖੜਦੀ ਹੈ ਇਹ ਵੀ ਬਾਕੀ ਠੰਡੀ ਧੀਰੀ ਦੇ ਜੀ ਫੋਨ ਇੱਕ ਵਾਰ ਠੰਡੀ ਟੈਪ ਦੀ ਥੋੜੀ ਜਿਹੀ ਵੀ ਨਹੀਂ ਕੋਈ ਨਹੀਂ ਇਹਦਾ ਡਰ ਬਾਕੀ ਵੇਖੋ ਕੁਆਲਟੀ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਹਾਂਜੀ ਲੈ ਜਾਓ ਕੱਦ ਪੂਰਾ ਵਾ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਜਿਹੜਾ ਚੰਗਾ ਵਾ ਇੱਧਰ ਦੀ ਪੰਜਾਬ ਵਾਲੀ ਜਰਸੀ ਦੱਸਦੇ ਆ ਵੀਰ ਜੀ ਹਣੀ ਤੇ ਦੁੱਧ ਵੀ ਚੰਗਾ ਜਿਹੜਾ 15 16 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਦੁੱਧ ਸੰਘਣਾ ਹੁੰਦਾ ਵਾ ਇਹਨਾਂ ਗਾਵਾਂ ਦਾ ਤੇ ਇਹਦਾ ਵੀਰ ਜੀ ਕੀ ਮੁੱਲ ਜੇ ਬਾਕੀ ਵੀਰ ਜੀ ਜਰਸੀਆਂ ਤੇ ਬਹੁਤ ਮਿਲ ਜਾਂਦੀਆਂ ਪਰ ਥਣ ਥੋੜਾ ਜਿਹਾ ਛੋਟਾ ਹੁੰਦਾ ਹਾਂਜੀ ਹਾਂਜੀ ਥਣ ਕਾਫੀ ਕਮਾਲ ਦਾ ਜਿਹੜਾ ਇਹਦਾ ਬਾਕੀ ਵੈਣ ਬਰੀਡ ਚ ਬਹੁਤ ਆ ਵੇਖੋ ਫੇਸ ਕੁਆਲਟੀ ਹਾਂਜੀ ਹਾਂਜੀ ਆ ਬੋਦੀ ਵੈਣ ਤੇ ਪੂਰੀ ਆ ਠੀਕ ਹੈ ਜੀ ਵੈਣ ਇਹ ਵੀ ਜਿਹੜਾ 10 15 ਦਿਨ ਸਾਂਭ ਲੂਗਾ ਫੁੱਲ ਸੇਵਾ ਕਰ ਲੂਗਾ ਵੀਰ ਭਰਾ ਠੀਕ ਆ ਤੇ ਫੇਰ ਵੀਰ ਜੀ ਆਪਾਂ ਹੀ ਸਾਂਭ ਲਈ ਨਾ 10 15 ਦਿਨ ਵੈਣ ਹਾਂਜੀ ਤੇ ਅਸੀਂ ਤੁਹਾਨੂੰ ਪਤਾ ਕਰ ਦਿੰਨੀ ਆ ਰਮਾਨ ਦੇ ਨਾਲ ਫਿਰ ਮੁੱਲ ਕਰਾਂਗੇ ਵਸ਼ੀ ਦਾ 45-50 ਹਜ਼ਾਰ ਜਿੰਨੀ ਬਰੀਡ ਚ ਆ ਇਹ ਵੀਰ ਜੀ ਬਰੀਡ ਦੇ ਸਿਰ ਤੇ ਵਿਕਣੀ ਆ ਵੈਣ ਤੇ ਅੱਜ ਕਿੰਨਾ ਕਰ ਦੇਣਾ ਅੱਜ ਵੀਰ ਜੀ ਮੁੱਲ ਕਰਨ ਨੂੰ ਤੇ ਭਾਵੇਂ ਕਰੀ ਜੀ 40 ਹਜ਼ਾਰ ਅੱਛਾ 38 ਹਜ਼ਾਰ ਦੀ ਵੈੜ ਦੇ ਦਾਂਗੇ 38 ਹਜ਼ਾਰ ਦੀ ਦੇ ਦਾਂਗੇ 38 ਹਜ਼ਾਰ ਰੁਪਏ ਛੱਡ ਦਾਂਗੇ 37 ਦੀ ਦੇ ਦਾਂਗੇ 37 ਹਜ਼ਾਰ ਦੀ ਇਹ ਵੀ ਦੇ ਦੋਗੇ 37 ਦੀ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਕੋਈ ਆ 37 ਦੀ ਆ ਲੈ ਜੇ ਠੀਕ ਹੈ ਜੇ ਕੋਈ ਜੋੜਾ ਲੈ ਜਾਊਗਾ ਤੇ ਮਾਨਤਾ ਨਾ ਹੋਰ ਮਾਨਤਾ ਨੂੰ ਖੁੱਲਾ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਦੋ ਸੂਈਆਂ ਆ ਗਈਆਂ ਜੀ ਹਾਂਜੀ ਸੂਈਆਂ ਆ ਗਈਆਂ ਜੀ ਆ ਦੇਖ ਸਕਦੇ ਜੀ ਬਾਕੀ ਕੱਦ ਕਾਠ ਇਹਦਾ ਚੰਗਾ ਹੈ ਪਰ ਸਾਂਭੀ ਥੋੜੀ ਜਿਹੀ ਘੱਟ ਹੈ ਕਿਸੇ ਨੇ ਇਹ ਵੀ ਜੀ ਸਾਂਭੀ ਕਿਸੇ ਨੇ ਘੱਟ ਆ ਵੇਖੋ ਥਾਣ ਹਵਾਨਾ ਬਹੁਤ ਸੋਹਣਾ ਲੱਗਾ ਠੀਕ ਹੈ ਜੀ ਹਾਂਜੀ ਬਾਕੀ ਥਾਣ ਤੋਂ ਬਹੁਤ ਮੋਟਾ ਵੀ ਜੀ ਕਿੰਨਾ ਜੇ ਇਹਦੇ ਕੋਲ ਦੁੱਧ ਤਿਆਰ ਹੈ ਇਹਨੂੰ ਵੀ ਜੀ 5 ਦਿਨ ਸੂਈ ਨੂੰ ਹੋ ਗਏ ਜੀ ਅੱਛਾ ਕੋਈ ਵੀਰ ਬੌੜਾ ਲਾ ਲੇ ਦੁੱਧ ਲਾ ਲੇ ਅੱਛਾ ਇਹ ਕੋ ਬੌੜਾ ਹੋਊਗਾ ਹੁਣ ਇਹ ਵਾਲੇ ਹੋਊਗਾ 14 ਕਿਲੋ ਹੀ ਅੱਛਾ ਆਪਾਂ 12 ਕਿਲੋ ਮੰਨ ਕੇ ਵੀ ਜੀ 12 ਲੀਟਰ ਘਰੋਂ ਚਵਾ ਦੋਗੇ ਘਰੋਂ ਚਵਾ ਕੇ ਦਾਂਗੇ ਲੀਟਰ ਮਾਰ ਕੇ ਵੀ ਅੱਛਾ ਹਾਂਜੀ ਦੋ ਡੰਗ ਕੋਈ ਚੋਗੇ ਖੜੇ ਵੀਰ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਵੀਰ ਜੀ ਰਮਾਨ ਦੇ ਨਾਲ ਦੁੱਧ ਜੇ ਜਿਹੜੇ ਹਿਸਾਬ ਨਾਲ ਬੌੜਾ ਗਾਣੇ ਕੱਢਣ ਦੀ ਆ ਹਾਂਜੀ ਤੁਹਾਨੂੰ ਪਤਾ ਸੇਵਾ ਸੂਆ ਹੋ ਗਈ ਨਾ ਫੁੱਲ ਗਾਂ ਦੀ ਹਾਂਜੀ ਤੇ ਰਮਾਨ ਨਾਲ 16-17 ਕਿਲੋ ਰਮਾਨ ਨਾਲ ਕੱਢੀ ਜਾਊਗੀ ਲਿਆ ਖੋਲੀਏ ਫਿਰ ਤੋੜ ਦਈਏ ਇਹਨਾਂ ਬਾਕੀ ਵੀ ਜੀ ਬੇੜ ਦੂਰ ਬਹੁਤ ਹੈ ਵੱਡੀ ਵੈੜ ਆ ਬਾਕੀ ਉਸ ਤਰ੍ਹਾਂ ਕੱਦ ਕੱਟ ਚੰਗਾ ਵਾ ਬਸ ਸਾਂਭ ਥੋੜੀ ਜੀ ਘੱਟ ਹੋਈ ਆ ਇਹਦੀ ਬੇਲ ਬੋਲ ਪੂਰੀ ਚੰਗੀ ਆ ਜਿਹੜੀ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੀਆਂ ਚ ਚੰਗੀਆਂ ਵਾ ਜਿਹੜਾ ਕੋਈ ਵੀਰ ਸਾਂਭ ਨਾਲ ਲੈ ਜਾਊਗਾ ਪੂਰਾ ਸਿਆਲ ਚੰਗਾ ਦੁੱਧ ਚਵਾਈ ਜਾਊਗਾ ਠੀਕ ਹੈ ਜੀ ਚੋਣ ਚੰਗ ਬਹੁਤ ਚੰਗੀ ਆ ਠੀਕ ਹੈ ਇਹ ਹਵਾਨਾ ਵੇਖੋ ਹੁਣ ਚਲੋ ਚੋਣ ਵਾਲੀ ਆ ਕਰਕੇ ਵੀਡੀਓ ਡੇ ਬਣਾਉਣਾ ਹਾਂਜੀ ਪਰ ਜਦੋਂ ਇਹ ਚੋਈ ਗਈ ਆ ਨੁੱਚੜ ਜਾਣੀ ਆ ਇੰਨੀ ਕਰਾ ਜਾਣੀ ਠੀਕ ਹੈ ਜੀ ਅਜੇ ਚਵਾਈ ਜਿਹੜੀ ਇਹਨਾਂ ਦੀ ਹੋਣ ਵਾਲੀ ਆ ਵੀਡੀਓ ਕਰਕੇ ਚਵਾਈ ਨਹੀਂ ਨਾ ਕੀਤੀ ਹੈ ਠੀਕ ਹੈ ਹੁਣ ਜਿਹੜੇ ਵੀਡੀਓ ਬਣਾ ਕੇ ਵੀਰ ਜੀ ਨੇ ਕਹਿੰਦੇ ਕਿ ਇਹਨਾਂ ਦੀ ਚਵਾਈ ਜਿਹੜੀ ਕਰਨੀ ਆ ਆਪਾਂ ਬਾਕੀ ਜੀ ਟਾਈਮ ਹੀ ਸਵੇਰੋ ਸਵੇਰ ਦਾ ਹੀ ਆ ਹਲੇ ਤੇ ਇਹਦਾ ਵੀਰ ਜੀ ਕੀ ਰੱਖਣਾ ਮੁੱਲ ਆਪਾਂ ਵੀਰ ਜੀ ਜੇ ਇਹਦੇ ਮਾਸਾ ਪੂਰੀ ਫੁੱਲ ਰਾਜੀ ਹੁੰਦੀ ਹਾਂਜੀ ਤੇ ਮੁੱਲ ਵਸ਼ੀ ਗਾਂ ਕਰਾਉਂਦੀ ਸੀ ਵੀ 50-55 ਹਜ਼ਾਰ ਜਿੰਨੀ ਵੀਰ ਜੀ ਯਾਦ ਨਸਲ ਆ ਜਿੰਨਾ ਵਸ਼ੀ ਕੋ ਦੁੱਧ ਆ ਹਾਂਜੀ ਹਾਂਜੀ ਹੁਣ ਇਹ ਵੀ ਚੱਲ ਵੀਰ ਭਰਾ ਕੋ ਜਾ ਕੇ ਸਾਂਭ ਲੂਗਾ ਹਾਂਜੀ ਹਾਂਜੀ ਤਰਮਾਨ ਨਾਲ ਵੀਰ ਜੀ ਨੇ ਦੁੱਧ 16-17 ਕਿਲੋ ਕੱਢੀ ਜਾਣਾ ਠੀਕ ਹੈ ਹਾਂਜੀ ਇਹ ਵੀ ਬੱਚਾ ਬਹੁਤ ਵੀਰ ਜੀ ਤਗੜਾ ਦਿੱਤਾ ਵੈੜ ਨੇ ਬੱਚਾ ਕੀ ਇਹਦੇ ਮਗਰ ਵਸ਼ਾ ਜੇ ਵੀਰ ਜੀ ਠੀਕ ਹੈ ਹਾਂਜੀ ਹਾਂਜੀ ਤੇ ਇਹਨੂੰ ਸੂਈ ਨਾਲ 6 ਦਿਨ ਹੋ ਗਏ ਜੇ ਤੇ ਮੁੱਲ ਵੀਰ ਜੀ ਕਰਨ ਨੂੰ ਭਾਵੇਂ ਹੁਣ ਇਹਦਾ 35 ਹਜ਼ਾਰ ਕਰੀ ਜਾਈਏ ਅੱਛਾ ਜਿਹੜੀ ਦੇਣੀ ਆ ਨਾ 29 ਹਜ਼ਾਰ ਦੀ ਦੇ ਦਾਂਗੇ ਅੱਛਾ 30 ਤੋਂ ਵੀ ਅੰਦਰ ਹਾਂਜੀ 30 ਤੋਂ ਅੰਦਰ ਹੀ ਦੇ ਦੇਣੀ ਆ ਅੱਛਾ ਹਾਂਜੀ ਇਹ ਦੇ ਵਿੱਚ ਜੀ ਇੰਨੇ ਕੁ ਪੈਸੇ ਦੇ ਹਿਸਾਬ ਨਾਲ ਮਹੀਨੇ 'ਚ ਗਾਣੇ ਫ੍ਰੀ ਕਰ ਦੇਣੇ ਤੇ ਜਿੰਨਾ ਦੁੱਧ ਆ ਠੀਕ ਹੈ ਜੀ ਠੀਕ ਹੈ ਹਾਂਜੀ 29 ਹਜ਼ਾਰ 'ਚ ਕੋਈ ਨਹੀਂ ਮਾਨਤਾਨ ਕਰ ਦਾਂਗੇ ਮੌਕੇ ਤੇ ਅੱਛਾ ਕੋਈ ਫੋਨ ਲਾਵੇ ਹਾਂਜੀ ਫੋਨ ਲਾਵੇ ਕੋਈ ਨਹੀਂ ਇਹ ਵੀ ਸੂਈ ਸਵਾਈ ਆ ਗਈ ਜੀ ਇਹ ਵੀ ਜੀ ਪਹਿਲਣ ਵਸ਼ੀ ਜੀ ਪਹਿਲਾ ਸੂਆ ਸੂਈ ਆ ਹਾਂਜੀ ਹਾਂਜੀ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਇਹ ਵੀ ਜੀ ਸੂਈ ਨੂੰ ਅੱਜ ਨੂੰ 4 ਦਿਨ ਹੋ ਗਏ ਜੀ ਇਹ ਮਗਰ ਵਸ਼ੀ 6 ਹਜ਼ਾਰ ਬੱਚੇ ਵਿਖਾ ਦਈਏ ਕਰੀ ਬੱਚੇ ਹਾਂਜੀ ਵਿਖਾ ਦਈਏ
ਕੋਈ ਨਹੀਂ ਰਹਿਣ ਤੇ ਵੀਰ ਜੀ ਬੈਠੇ ਬੱਚੇ ਇੱਥੇ ਨਿੱਕੀ ਜਗ੍ਹਾ ਤੇ ਬੰਨੇ ਤਾਂ ਕਰਕੇ ਨਹੀਂ ਉਧਰ ਖੜੇ ਆ ਨਿੱਕੇ ਆ ਵੱਛੀ ਜੇ ਵੀਰ ਜੀ ਇਹ ਵੀ ਜੀ ਵੱਛਾ ਜੀ ਨਾਲ ਨਾਲ ਜੇ ਬੱਚੇ ਦਾ ਵੇਖੋ ਠੀਕ ਹੈ ਹਾਂਜੀ ਹਾਂਜੀ ਆ ਹੁਣ ਜਿਹੜੀ ਵੱਡੀ ਗਾਂ ਇਹ ਵੱਡੀ ਗਾਂ ਦਾ ਜੀ ਨਾੜੋ ਜਿਹੜਾ ਨਾਲ ਹੀ ਆ ਬੱਚੇ ਦਾ ਤੇ ਜਿਹੜੇ ਹੁਣ ਪਹਿਲਾਂ ਤੁਹਾਨੂੰ ਵਿਖਾਉਣੀ ਆ ਉਹਦੀ ਵੱਛੀ ਆ ਜੀ ਵੱਛੀ ਆ ਤੇ ਮਗਰ ਸ਼ਾਹੀ ਆ ਠੀਕ ਹੈ ਜੀ ਆ ਵੱਛੀ ਜੀ ਇਹਦਾ ਵੀ ਨਾੜੂ ਨਾਲ ਹੀ ਆ ਗਾਈਂ ਤੁਹਾਨੂੰ ਪਤਾ ਚੱਟ ਲੈਂਦੀ ਚੱਟ ਠੀਕ ਹੈ ਜੀ ਆ ਦਵੇਂ ਬੱਚੇ ਜੀ ਇਹਦੇ ਕੋਲ ਵੀਰ ਜੀ ਕਿੰਨਾ ਦੁੱਧ ਤਿਆਰ ਫਿਰ ਇਹਦੇ ਕੋਲ ਜੀ ਬੋਲਾ ਹੁਣ 8 ਕਿਲੋ ਹੋਊਗਾ ਪਰ ਆਪਾਂ ਸਾਫ ਹੀ ਲਾਈਏ ਠੀਕ ਹੈ ਜੀ ਹਾਂਜੀ ਹਾਂਜੀ ਲਿਆ ਫਿਰ ਬਾਕੀ ਵੀਰ ਜੀ ਥਣ ਭਾਂਡਾ ਵੇਖੋ ਬੈੜ ਦਾ ਸਾਰਾ ਹਵਾਨਾ ਬੈ ਤੇ ਉਤਨੇ ਦੁੱਧ ਕਿੰਨਾ ਚਵਾਈ ਜਾਓਗੇ ਵੀਰ ਜੀ ਅਰਮਾਨ ਦੇ ਨਾਲ 11 12 ਕਿਲੋ ਚਵਾਈ ਜਾਊਗੀ ਲਿਆ ਤੋਰ ਤੋ ਫਿਰ ਇਹਨਾਂ ਵਿੱਚ ਬਾਕੀ ਦੋ ਸੁਈਆਂ ਸਵਾਈਆਂ ਤਿੰਨ ਗੱਬਣਾ ਵਾ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਖੜੋ ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਲੱਗਾ ਵਾ ਤੇ ਵੀਰ ਜੀ ਇਹਦਾ ਮੁੱਲ ਫਿਰ ਆਪਾਂ ਕੀ ਰੱਖਣਾ ਜੀ ਮੁੱਲ ਤੇ ਵੀਰ ਜੀ ਵੈਸੀ 35000 ਰੁਪਇਆ ਕਰਾਉਂਦੀ ਆ ਅੱਛਾ ਮੁੱਲ ਕਰਦੇ 30000 ਜਿਹੜੀ ਦੇਣੀ ਆ ਨਾ ਅੱਛਾ 28000 ਦੀ ਦੇ ਦਾਂਗੇ 28000 40000 ਰੁਪਏ ਛੱਡ ਦਾਂਗੇ 27000 ਦੀ ਦੇ ਦਾਂਗੇ 27000 ਜੋ ਵੀ ਕੋਈ ਨਹੀਂ ਮਾਨਤਾਂ ਕਰਦਾ ਅੱਛਾ ਕੋਈ ਵੀ ਫੋਨ ਲਾਵੇ ਇੱਕ ਕਰੀ ਹਨਾ ਠੀਕ ਹੈ ਜੀ ਬਾਕੀ ਉਹ ਪਰਸੋਂ ਵੀਡੀਓ ਪਾਉਣੀ ਸੀ ਪਰਸੋਂ ਫਿਰ ਤੁਹਾਨੂੰ ਪਤਾ ਮਾਲ ਐਡੀ ਛੇਤੀ ਨਹੀਂ ਜੇ ਇਕੱਠਾ ਹੁੰਦਾ ਠੀਕ ਆ ਹੁਣ ਪਰਸੋਂ ਦਾ ਨਾਗਾ ਪੈ ਗਿਆ ਵੀਰ ਭਰਾ ਦੇ ਫੋਨ ਬਹੁਤ ਆਏ ਵੀ ਵੀਡੀਓ ਨਹੀਂ ਪਾਈ ਮਾਲ ਲੈਣਾ ਉੱਤਰੇ ਫੋਨ ਤੁਹਾਨੂੰ ਪਤਾ ਆਈ ਜਾਂਦੇ ਹਾਂਜੀ 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 ਠੀਕ ਹੈ ਜੀ ਮੈਂ ਕੋਈ ਗੱਲ ਨਹੀਂ ਵੀਰ ਜੀ ਪਰਸੋਂ ਪੈ ਜਾਣੀ ਵੀਡੀਓ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਚ ਚਾਹ ਕੇ ਫੇਰ ਹੀ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ